ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ 22 ਦਸੰਬਰ ਬਾਰੇ ਜਿੰਨੀਆਂ ਵੀ 22 ਦਸੰਬਰ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਣ ਗਈਆਂ ਸਾਰੀਆਂ ਆਪਾਂ ਇਸ ਕਲਾਸ ਵਿੱਚ 1 ਬਾਈ 1 ਕਵਰ ਕਰਾਂਗੇ ਔਰ ਪਲੱਸ ਜਿੰਨੇ ਵੀ ਆਪਣੇ ਸਟੈਟਿਕ ਫੈਕਟ ਹੋਣਗੇ ਜਿਵੇਂ ਕਿ ਸਾਨੂੰ ਪਤਾ ਹੈ ਡੇਲੀ ਅਗਰ ਤੁਸੀਂ ਕਲਾਸ ਦੇਖ ਰਹੇ ਹੋ ਸਾਰੇ ਆਪਾਂ ਨਾਲ ਨਾਲ ਉਹ ਵੀ ਕਵਰ ਕਰਦੇ ਆ ਸੋ ਤੁਹਾਡਾ ਬਿਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਆਪਾਂ ਇਹਦੀ ਕਲਾਸ ਸਭ ਤੋਂ ਪਹਿਲੇ ਪ੍ਰਸ਼ਨ ਨਾਲ ਸਿਮਰਨਜੀਤ ਕੌਰ ਬੌਨ ਦੀ 골ਡ ਮੈਡਲ ਇਨ ਕੋਲ She is a later to beach sport Kennedy Simran Kaur. ਦੇਖੋ ਬੇਸਿਕਲੀ ਪੰਜਾਬ ਦੀ ਪਲੇਅਰ ਹੈ ਸਿਮਰਨਜੀਤ ਕੌਰ ਨੇ ਜਰਮਨੀ ਦੇ ਕੋਲੋਨ ورلڈ ਕੱਪ ਦੇ ਵਿੱਚ 골ਡ ਮੈਡਲ ਹੁਣ ਜਿੱਤਿਆਗਾ ਤੇ ਆਪਾਂ ਦੱਸਣਾ ਕਿ ਕਿਹੜੀ ਖੇਡ ਦੇ ਨਾਲ ਸੰਬੰਧਿਤ ਹੈ। ਦੇਖੋ ਜੇਕਰ ਆਪ ਨੂੰ ਪਤਾ ਲੱਗ ਜੇ ਵੀ ورلڈ ਕੱਪ ਕਿਹੜੀ ਖੇਡ ਦਾ ਹੋਇਆ ਸੀ ਤਾਂ ਆਪਾਂ ਨੂੰ ਪਤਾ ਲੱਗ ਜਊਗਾ ਵੀ ਸਿਮਰਨਜੀਤ ਕੌਰ ਕਿਹੜੀ ਖੇਡ ਦੀ ਪਲੇਅਰ ਆ। ਤਾਂ ਯਾਦ ਰੱਖਣਾ ਜੀ ਇਹ ਹੋਇਆ ਸੀ ਬੌਕਸਿੰਗ ਦਾ ورلڈ ਕੱਪ ਹੋਇਆ ਸੀ ਔਰ ਬੌਕਸਿੰਗ ਦੀ ਹੀ ਸਿਮਰਨਜੀਤ ਕੌਰ ਕਿਹਾ ਪਲੇਅਰ ਹੈਗੀ ਹੈਗੀ। ਸੋ ਤੁਹਾਨੂੰ ਯਾਦ ਰੱਖਣਾ ਇਹਦੇ ਵਿੱਚ ਕੀ ਉਹਨੇ ਇੱਕ 골ਡ ਮੈਡਲ ਨੇ ਪ੍ਰਾਪਤ ਕੀਤਾ। ਦੇਖੋ ਪੰਜਾਬ ਦੀ ਪਲੇਅਰ ਤੇ ਬਹੁਤ ਜ਼ਿਆ ਬੇਸਿਕਲੀ ਅਗਰ ਆਪਾਂ ਗੱਲ ਕਰ ਜਿਹੜਾ ਕੋਲੋਨ ਇਹ ਨਾ ਜਰਮਨੀ ਦਾ ਹੀ ਸ਼ਹਿਰ ਹੈਗਾ ਔਰ ਇੱਥੇ ਜਿਹੜਾ ਹੁਣੇ ਬਾਕਸਿੰਗ ਦਾ ਵਰਲਡ ਕੱਪ ਹੋਇਆ ਸੀਗਾ ਇਹਦੇ ਵਿੱਚ ਆਪਣੇ ਭਾਰਤ ਦੇ ਖਿਡਾਰੀਆਂ ਵੱਲੋਂ ਟੋਟਲ 9 ਮੈਡਲ ਜਿੱਤੇ ਗਏ ਨੇ ਤੇ 9 ਮੈਡਲ ਜਿੱਤਣ ਦੇ ਨਾਲ ਹੀ ਆਪਣਾ ਭਾਰਤ ਓਵਰਆਲ ਦੂਜੇ ਨੰਬਰ ਤੇ ਰਿਹਾ ਇਸ ਵਰਲਡ ਕੱਪ ਦੇ ਵਿੱਚ ਠੀਕ ਹੈ ਨਾ ਓਵਰ ਆਲ ਕਹਿੰਦਾ ਆਪਾਂ ਵੀ ਜਿਸ ਕੰਟਰੀ ਸਭ ਤੋਂ ਵੱਧ 골ਡ ਮਤਲਬ ਕੱਲੇ ਮੈਡਲ ਜਿੱਤੇ ਨੇਗੇ ਉਹ ਪਹਿਲ ਨੰਬਰ ਤੇ ਆ ਸਭ ਤੋਂ ਵੱਧ ਮੈਡਲ ਅਗਰ ਆਪਾਂ ਗੱਲ ਕਰੀਏ ਤਾਂ 16 ਮੈਡਲ ਜਿੱਤੇ ਨੇ ਜਰਮਨੀ ਨੇ ਤਾਂ ਕਰਕੇ ਜਰਮਨੀ ਸਭ ਤੋਂ ਪਹਿਲੇ ਨੰਬਰ ਤੇ ਆ ਔਰ ਇਸੇ ਤਰੀਕੇ ਨਾਲ 9 ਮੈਡਲ ਜਿੱਤੇਗੇ ਨੇ ਆਪਣੇ ਇੰਡੀਆ ਵੱਲੋਂ ਅਗਰ ਆਪਾਂ ਇਹਨਾਂ 9 ਮੈਡਲਸ ਦੀ ਵੀ ਗੱਲ ਕਰੀਏ ਨਾ 9 ਮੈਡਲ ਦੇ ਵਿੱਚੋਂ 3 ਮੈਡਲ ਦਾ 골ਡ ਮੈਡਲ ਨੇ ਦੇਖੋ 3 ਦੇ ਵਿੱਚੋਂ ਇੱਕ ਦਾ ਜਿੱਤੇ ਹੁਣ ਸਿਮਰਨਜੀਤ ਕੌਰ ਨੇ ਸੁਣ ਮੈਂ ਹੁਣੀ ਦੱਸਿਆਗਾ ਔਰ ਇਸ ਤੋਂ ਇਲਾ ਦੋ ਮੈਡਲ ਦਾ ਸਿਲਵਰ ਨੇਗੇ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਚਾਰ ਮੈਡਲ ਨੇ ਉਹ ਕਾਂਸੇ ਦੇ ਹੈਗੇ ਨੇਗੇ ਠੀਕ ਹੈ ਨਾ ਸੋ ਆਪਾਂ ਗੱਲ ਕਰ ਰਹੇ ਆਂ 골ਡ ਮੈਡਲ ਬਾਰੇ ਸਭ ਤੋਂ ਪਹਿਲਾਂ ਜਿੱਤੇ ਸਿਮਰਨਜੀਤ ਕੌਰ ਸਿਮਰਨਜੀਤ ਕੌਰ ਦੀ ਗੱਲ ਕਰੀਏ ਤਾਂ 60 ਕਿਲੋ kia weight ਦੇ ਵਿੱਚ ਇਹ ਬਾਕਸਿੰਗ ਪਲੇਅਰ ਹੈਗੀ ਹੈਗੀ ਔਰ ਇਹਨੇ ਹੁਣ ਜਰਮਨੀ ਦੀ ਇੱਕ ਪਲੇਅਰ ਸੀ ਮਾਇਆ ਕਿਲਹਾਸ ਨੂੰ 4-1 ਦੇ ਨਾਲ ਹਰਾ ਕੇ ਆਪਣਾ kia 골ਡ ਮੈਡਲ ਜਿੱਤਿਆਗਾ ਔਰ ਇਸੇ ਤਰੀਕੇ ਨਾਲ ਦੇਖੋ ਇੱਕਦਾਂ ਸਿਮਰਨਜੀਤ ਕੌਰ ਹੋਗੀ ਔਰ ਇੱਕ ਹੋਰ ਬਾਕਸਿੰਗ ਦੀ ਜਿਹੜੀ ਫੀਮੇਲ ਪਲੇਅਰ ਹੈ ਜਿਹਦਾ ਨਾਮ ਹੈ ਮਨੀਸ਼ ਤਾਂ ਇਹਦਾ ਮੁਕਾਬਲਾ ਹੋਇਆ ਸੀ ਸਾਖਸ਼ੀ ਦੇ ਨਾਲ ਮੁਕਾਬਲਾ ਇਸ ਸਾਖਸ਼ੀ ਵੀ ਬੀਸਿਕਲੀ ਇੰਡੀਆ ਦੀ ਪਲੇਅਰ ਹੈ ਔਰ ਸਾਖਸ਼ੀ ਨੂੰ ਹਰਾ ਕੇ 57 ਕਿਲੋ ਵੇਟ ਦੇ ਵਿੱਚ ਗਿਆ ਨੇ 골ਡ ਮੈਡਲ ਪ੍ਰਾਪਤ ਕੀਤਾ ਔਰ ਇਸੇ ਤਰੀਕੇ ਨਾਲ ਇੱਕ ਲਾਸਟ ਵਨ ਥਰਡ ਜਿਹੜਾ 골ਡ ਮੈਡਲ ਆ ਉਹ ਵੀ ਆਪਣਾ ਭਾਰਤ ਦਾ ਪਲੇਅਰ ਅਮਿਤ ਪੰਗਾਲ ਠੀਕ ਹੈ ਨਾ ਇਹ 52 ਕਿਲੋ ਦਾ ਪਲੇਅਰ ਆ ਸੋ ਇਹਨਾਂ ਨੇ ਵੀ ਕਿ 골ਡ ਮੈਡਲ ਪ੍ਰਾਪਤ ਕੀਤਾ ਮੇਲ ਕੈਟਾਗਰੀ ਵਿੱਚ ਤਾਂ ਸੋਨੇ ਇਹਨਾਂ ਬਾਰੇ ਧਿਆਨ ਦੇਣਾ ਸੋ ਬਾਕੀ ਅਗਰ ਆਪਾਂ ਗੱਲ ਕਰੀਏ ਸੋ ਨੂੰ ਮੈਂ ਰੈਂਕਿੰਗ ਵਿੱਚ ਪਹਿਲ ਨੰਬਰ ਤੇ ਦੱਸੀ ਤਾਂ ਜਰਮਨੀ ਆ ਦੂਜੇ ਨੰਬਰ ਤੇ ਆਪਣਾ ਇੰਡੀਆ ਹੈਗਾ ਥਰਡ ਨੰਬਰ ਤੇ ਜਿਆਦਾ ਖਸਾ ਦੇ ਫਰਾਂਸ ਕੰਟਰੀ ਆ ਫਰਾਂਸ ਨੇ 8 ਜਿਹੜੇ ਮੈਡਲ ਇਸ ਵਿੱਚ ਕੀਨੇ ਜਿੱਤੇ ਨੇਗੇ ਤਾਂ ਨਾਲ ਰਿਲੇਟਡ ਯਾਦ ਰੱਖ ਸਕਦੇ ਹੋ ਜੀ ਇੱਕ ਇੰਪੋਰਟੈਂਟ ਇਹ ਕੁਐਸਚਨ ਰਹਿਣ ਵਾਲਾਗਾ ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ ਹੁਣ ਬਟ ਇਜ਼ ਦੀ ਨੇਮ ਆਫ ਦੀ ਡੈਡੀਕੇਟਿਡ ਕੰਟਰੋਲ ਸੈਂਟਰ ਫਾਰ ਇਸਰੋਜ਼ ਸਪੇਸ ਸਿਚੁਏਟਿਡ ਅਵੇਅਰਨੈਸ ਦੇਖੋ ਜੀ ਇਸਰੋ ਨੇ ਪਲਾਟ ਸਥਿਤੀ ਜਾਗਰੂਕਤਾ ਦੇ ਲਈ ਸਮਰਪਿਤ ਨਿਯੰਤਰਣ ਕੇਂਦਰ ਦਾ ਨਾਮ ਕੀ ਰੱਖਿਆਗਾ ਬੇਸਿਕਲੀ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਾਂਗਾ ਇੱਕ ਇਸਰੋ ਦੇ ਦੁਆਰਾ ਇਹ ਚੀਜ਼ ਬਣਾਈ ਗਿਆ ਇੱਕ ਕੇਂਦਰ ਬਣਾਇਆ ਗਿਆਗਾ ਜਿਹਦਾ ਨਾ ਰ ਨੇਤਰਾ ਨੇਤਰਾ ਦਾ ਪੂਰਾ ਨਾਮ ਯਾਦ ਰੱਖਣਾ ਪਹਿਲੀ ਗਾ ਨੈਟਵਰਕ ਫਾਰ ਸਪੇਸ ਆਬਜੈਕਟ ਟਰੈਕਿੰਗ ਐਂਡ ਐਨਾਲਿਸਿਸ ਦੇਖੋ ਨੇਤਰਾ ਦਾ ਕੰਮ ਕੀ ਹੋਏਗਾ ਇਹਦਾ ਕੰਮ ਇਹ ਹੋਏਗਾ ਵੀ ਜਿਹੜੇ ਆਪਣੇ ਭਾਰਤ ਵੱਲੋਂ ਸਪੇਸ ਦੇ ਵਿੱਚ ਕੋਈ ਵੀ ਜਿਹੜੀ ਆਪਣੀ ਭਾਰਤੀ ਸੰਪਤੀ ਆ ਸੰਪਤੀ ਕਹਿੰਦੇ ਵਾ ਕੋਈ ਵੀ ਸੈਟੇਲਾਈਟ ਵਗੈਰਾ ਭਾਰਤ ਦੀ ਜਿਹੜੀ ਵੀ ਹੈਗੀ ਆ ਉਹਨਾਂ ਸਾਰਿਆਂ ਦੀ ਇੱਕ ਅਗੇ ਸੈਂਟਰ ਬਣਾਇਆ ਗਿਆ ਔਰ ਜਿਹਦਾ ਨਾਮ ਰੱਖਿਆ ਗਿਆ ਨੇਤਰਾ ਠੀਕ ਹੈ ਨਾ ਇਸਰੋ ਦੇ ਦੁਆਰਾ ਇਹਨੂੰ ਕੀ ਬਣਾਇਆ ਗਿਆਗਾ ਤੁਹਾਨੂੰ ਨੇ ਧਿਆਨ ਵਿੱਚ ਰੱਖਣਾ ਅੱਛਾ ਗੱਲ ਹੁਣ ਇਸਰੋ ਦੀ ਆ ਗਈ ਤਾਂ ISRO ਆਪਣੀ ਸਪੇਸ ਏਜੰਸੀ ਦਾ ਨਾਮ ਹੈ ਭਾਰਤੀ ਦੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਹਦਾ ਪੂਰਾ ਨਾਮ ਜੀ ਇਹਦੀ ਸਥਾਪਨਾ ਹੋਈ ਸੀਗੀ 1969 ਦੇ ਵਿੱਚ ਠੀਕ ਹੈ ਨਾ ਮੁੱਖ ਦਫਤਰ ਮੌਜੂਦ ਹੈਗਾ ਬੈਂਗਲੂਰੂ ਸ਼ਹਿਰ ਦੇ ਵਿੱਚ ਔਰ ਇਹਦੇ ਜਿਹੜੇ ਚੇਅਰਮੈਨ ਉਹਨਾਂ ਦਾ ਨਾਮ ਹੈ ਕੇ ਸਿਵਾਨ ਸਾਹਿਬ ਠੀਕ ਹੈ ਨਾ ਬਾਕੀ ISRO ਦਾ ਮੋਟੋ ਵੀ ਯਾਦ ਰੱਖ ਸਾਡੇ ਤੁਸੀਂ ਮੋਟੋ ਇਹਦਾ ਹੈਗਾ ਸਪੇਸ ਟੈਕਨੋਲੋਜੀ ਇਨ ਸਰਵਿਸ ਆਫ ਹਿਊਮਨ ਕਾਈਂਡ ਇਹਦਾ ਕੀ ਹੈ ISRO ਦਾ ਮੋਟੋ ਹੈਗਾ ਤਾਂ ਤੁਸੀਂ ਇਹਨੇ ਫੈਕਟਸ ਕੁਸ਼ਨ ਨਾਲ ਰਿਲੇਟਡ ਯਾਦ ਰੱਖਣੇ ਆ ਜੀ ਬਾਕੀ ਦੇਖੋ ਆਦਰੋਸ਼ ਜਿਹੜਾ ਨਾ ਭਾਰਤ ਵ ਕਿਹੜਾ ਡਰੋਨ ਹੈਗਾ ਜਿਹੜਾ ਕਿ ਡੀਆਰਡੀਓ ਨੇ ਤਿਆਰ ਕੀਤਾ ਸੀ ਕਿਰੇ ਵਾਸਤੇ ਆਪਣੀ ਇੰਡੀਅਨ ਆਰਮੀ ਵਾਸਤੇ ਤਿਆਰ ਕਰਕੇ ਤਾਂ ਸੀ ਰੀਸੈਂਟ ਦੀ ਨਿਊਜ਼ ਆ ਔਰ ਆਪਸ਼ਨ ਨੰਬਰ A ਵਿੱਚ ਨਿੰਜਾ ਇਹ ਵੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਿੰਜਾ ਕੌਣ ਹੈਗਾ ਨਿੰਜਾ ਤੁਹਾਨੂੰ ਧਿਆਨ ਰੱਖਣਾ ਇਹ ਵੀ ਇੱਕ ਤਰੀਕੇ ਨਾਲ ਡਰੋਨ ਹੈਗਾ ਜਿਹੜਾ ਕਿ ਆਪਣੀ ਇੰਡੀਅਨ ਰੇਲਵੇ ਦੇ ਵੱਲੋਂ ਤਿਆਰ ਕਰਵਾਇਆ ਗਿਆ ਸੀ ਤਾਂ ਕਿ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਕੀ ਨਿਗਰਾਨੀ ਕੀਤੀ ਜਾ ਸਕੇ ਇਸ ਡਰੋਨ ਦੇ ਮਾਧਿਅਮ ਦੇ ਨਾਲ ਔਰ ਇਸ ਡਰੋਨ ਦਾ ਨਾਮ ਰੱਖਿਆ ਸੀ ਇੰਡੀਅਨ ਰੇਲਵੇ ਨੇ ਨਿੰਜਾ ਤਾਂ ਤੁਸੀਂ ਇਹ ਵੀ ਨਾਲ ਨਾਲ ਧਿਆਨ ਵਿੱਚ ਰੱਖਣਾ ਗੱਲ ਕਰਦੇ ਅੱਜ ਦੇ ਬੇਰ ਇਜ਼ ਦੀ ਫਰਸਟ ਗਲਾਸ ਬ੍ਰਿਜ ਆਫ ਨਾਰਥ ਈਸਟ ਇੰਡੀਆ ਬਿਲਡ ਕਹਿੰਦੇ ਜੀ ਉੱਤਰੀ ਪੂਰਬੀ ਭਾਰਤ ਦਾ ਪਹਿਲਾ ਕੱਚ ਦਾ ਜਿਹੜਾ ਪੁਲ ਬਣਾਇਆ ਗਿਆਗਾ ਤਾਂ ਆਪਾਂ ਨੂੰ ਦੱਸਣਾ ਵੀ ਇਹ ਕਿੱਥੇ ਬਣਿਆਗਾ ਤਾਂ ਜਿਹੜਾ ਉੱਤਰੀ ਪੂਰਬੀ ਭਾਰਤ ਦਾ ਪਹਿਲਾ ਕੱਚ ਦਾ ਪੁਲ ਬਣਾਇਆ ਗਿਆ ਇਹ ਬਣਾਇਆ ਗਿਆ ਜੀ ਨਲੰਦਾ ਵਿੱਚ ਨਲੰਦਾ ਕਿੱਥੇ ਆ ਸੁਣਿਆ ਹੋਇਆ ਨਾਮ ਸੁਣਿਆ ਨਲੰਦਾ ਯੂਨੀਵਰਸਿਟੀ ਆ ਬਿਹਾਰ ਦੇ ਵਿੱਚ ਸੀਗੀ ਸੋ ਬਿਹਾਰ ਦੇ ਵਿੱਚ ਕੀ ਆ ਇਹ ਹੁਣ ਪੁਲ ਦਾ ਨਿਰਮਾਣ ਕੀਤਾ ਗਿਆ ਤੇ ਇਸ ਤਰੀਕੇ ਨਾਲ ਉੱਤਰੀ ਪੂਰਬੀ ਭਾਰਤ ਦਾ ਪਹਿਲਾ ਪੁਲ ਹੈਗਾ ਮੈਂ ਦੇਖੋ ਕਿਹਾ ਵੀ ਉੱਤਰੀ ਪੂਰਬੀ ਭਾਰਤ ਦਾ ਪਹਿਲਾ ਪੁਲ ਹੈਗਾ ਇਹ ਨਹੀਂ ਕਿ ਆਹੀ ਭਾਰਤ ਦਾ ਪਹਿਲਾ ਪੁਲ ਅਗਰ ਆਪਾਂ ਗੱਲ ਕਰੀਏ ਭਾਰਤ ਦਾ ਜਿਹੜਾ ਪਹਿਲਾ ਪੁਲ ਜਿਹੜਾ ਕੱਚ ਦਾ ਬਣਿਆ ਸੀਗਾ ਉਹ ਬਣਾਇਆ ਹੈਗਾ ਆਪਸ਼ਨ ਨੰਬਰ D ਚ ਨਾਮ ਪਿਆ ਬੇਸਿਕਲੀ ਰਿਸ਼ੀਕੇਸ਼ ਦੇ ਵਿੱਚ ਬਣਿਆ ਸੀਗਾ ਠੀਕ ਹੈ ਨਾ ਰਿਸ਼ੀਕੇਸ਼ ਕਿੱਥੇ ਹੈਗਾ ਉੱਤਰਾਖੰਡ ਦੇ ਵਿੱਚ ਹੈਗਾ ਤੇ ਤੁਸੀਂ ਇਦਾਂ ਵੀ ਕਹਿ ਸਕਦੇ ਹੋ ਵੀ ਜਿਹੜਾ ਹੁਣ ਇਹ ਪੁਲ ਬਣਿਆ ਹੈਗਾ ਨਲੰਦਾ ਦੇ ਵਿੱਚ ਇਹ ਆਪਣੇ ਭਾਰਤ ਦਾ ਕੱਚ ਦਾ ਦੂਜਾ ਪੁਲ ਹੈਗਾ ਠੀਕ ਹੈ ਨਾ ਉੱਤਰੀ ਪੂਰਬੀ ਭਾਰਤ ਦਾ ਪੁੱਛਿਆ ਤਾਂ ਪਹਿਲਾ ਪੁਲ ਆਏਗਾ ਠੀਕ ਹੈ ਨਾ ਬਾਕੀ ਅਗਰ ਤਾਂ ਮਥੁਰਾ ਦੇ ਵਿੱਚ ਰੀਸੈਂਟ ਦੇ ਵਿੱਚ ਭਾਰਤ ਦਾ ਪਹਿਲਾ এলিਫੈਂਟ ਜਿਹੜਾ ਸੈਂਟਰ ਬਣਾਇਆ ਗਿਆ ਸੀ এলিਫੈਂਟ ਜਾਨਕੀ ਹਾਤਿਆਂ ਦੀ ਦੇਖਭਾਲ ਲਈ ਕੀ ਬਣਾਇਆ ਗਿਆ ਸੀ ਇਹ ਔਰ ਹਾਈਦਰਾਬਾਦ ਦੇ ਵਿੱਚ ਰੀਸੈਂਟ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮੈਡੀਟੇਸ਼ਨ ਸੈਂਟਰ ਵੀ ਖੋਲਿਆ ਗਿਆ ਸੀਗਾ ਤਾਂ ਤੁਸੀਂ ਇਹ ਵੀ ਧਿਆਨ ਵਿੱਚ ਰੱਖ ਸਕਦੇ ਹੋ ਬਾਕੀ ਨਲੰਦਾ ਸੁੰਦਰ ਸਾਹਿਬ ਬਿਹਾਰ ਦੇ ਵਿੱਚ ਅੱਛਾ ਗੱਲ ਬਿਹਾਰ ਦੀ ਕਰ ਲੈਣੇ ਹੈਗੇ ਬਿਹਾਰ ਦੀ ਕੈਪੀਟਲ ਦਾ ਜੀ ਪਟਨਾ ਹੈਗੀ ਬਿਹਾਰ ਦੇ ਮੁੱਖ ਮੰਤਰੀ ਨੇ ਨितीश ਕੁਮਾਰ ਬਿਹਾਰ ਦੇ ਗਵਰਨਰ ਹੈਗੇ ਨੇਗੇ ਫੱਗੂ ਚਾਹਾਨ ਠੀਕ ਹੈ ਨਾ ਬਾਕੀ ਤੁਹਾਨੂੰ ਮੈਂ ਮੁੱਖ ਮੰਤਰੀ ਨਾਲ ਵੀ ਦੋ ਫੈਕਟ ਦੱਸਦਾ ਹੁਣ ਹਮੇਸ਼ਾ ਵੀ ਬਿਹਾਰ ਦੇ ਡਿਪਟੀ ਸੀਐਮ ਦਾ ਨਾਮ ਤੇ ਧਿਆਨ ਵਿੱਚ ਰੱਖਣਾ ਦੋ ਡਿਪਟੀ ਸੀਐਮ ਬਣੇ ਸੀਗੇ ਪਹਿਲੀ ਤਾਂ ਸੀ ਰੇਨੂ ਦੇਵੀ ਔਰ ਦੂਜੀ ਸੀ ਤਾਰ ਕਿਸ਼ੋਰ ਪ੍ਰਸਾਦ ਠੀਕ ਹੈ ਦੋਨਾਂ ਦਾ ਨਾਮ ਧਿਆਨ ਵਿੱਚ ਰੱਖਣਾ ਗੱਲ ਕਰਦੇ ਆ ਅਗਲੇ ਕੁਸ਼ਚਨ ਬਾਰੇ ਹੁਣ ਬਟ ਹੈਜ਼ ਜਿਵਾਰ ਗ੍ਰੀਨਫੀਲਡ 에ਅਰਪੋਰਟ ਬੀ ਇਨ ਚੇਂਜ ਟੂ ਕੈਂਡੀਜੀ ਜਿਵਾਰ ਗ੍ਰੀਨਫੀਲਡ 에ਅਰਪੋਰਟ ਨੂੰ ਕਿਸ ਨਾਮ ਦੇ ਨਾਲ ਹੁਣ ਜਾਣਿਆ ਜਾਇ ਕਰੇਗਾ ਤਾਂ ਦੇਖੋ ਜੀ ਜਿਹੜਾ ਜਿਵਾਰ ਗ੍ਰੀਨਫੀਲਡ 에ਅਰਪੋਰਟ ਹੈ ਨਾ ਬੇਸਿਕਲੀ ਇਹ ਜੂਪੀ ਰੈਕ 에ਅਰਪੋਰਟ ਸੀਗਾ ਤੇ ਹੁਣ ਇਹਦਾ ਨਾਮ ਬਦਲਤਾ ਇਹਦਾ ਨਾਮ ਬਦਲ ਕੇ ਰੱਖਦਾ ਦੀ ਨੌਇਡਾ ਇੰਟਰਨੈਸ਼ਨਲ 에ਅਰਪੋਰਟ ਆਪਸ਼ਨ ਨੰਬਰ ਏ ਜੀਜ਼ ਦੇਖ ਸਕਦੇ ਹੋ ਦੇਖੋ ਗੱਲ ਜਦੋਂ ਵੀ ਆਪਾਂ ਨਾਮ ਬਦਲਣ ਦੀ ਕਰਦੇ ਆ ਨਾ ਜੁਪੀਰਾ ਇੱਕ ਹੋਰ 에ਅਰਪੋਰਟ ਸੀ ਜਿਹਦਾ ਨਾਮ ਸੀ ਪਹਿਲਾਂ ਅਜੋਧਿਆ 에ਅਰਪੋਰਟ ਅਜੋਧਿਆ 에ਅਰਪੋਰਟ ਦਾ ਨਾਮ ਬਦਲ ਕੇ ਇਹਨਾਂ ਨੇ ਰੱਖਿਆ ਸੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ 에ਅਰਪੋਰਟ ਤਾਂ ਤੁਸੀਂ ਉਹ ਵੀ ਧਿਆਨ ਵਿੱਚ ਰੱਖਣਾ ਗੱਲ ਜੁਪੀ ਦੀ ਹੈ ਕੈਪੀਟਲ ਤਾਂ ਜੀ ਲਖਨਊ ਹੈ ਗੋਮਤੀ ਨਦੀ ਦੇ ਕਿਨਾਰੇ ਸਥਿਤ ਹੈ ਸ਼ਹਿਰ ਠੀਕ ਹੈ ਔਰ ਲਖਨਊ ਨੂੰ ਨਵਾਬਾ ਦਾ ਸ਼ਹਿਰ ਵੀ ਕਹਿੰਦੇ ਨੇ ਔਰ ਇਸ ਤੋਂ ਇਲਾਵਾ ਗੱਲ ਕਰੀ ਗਵਰਨਰ ਹੈਗੀ ਆ ਅਨੰਦੀਬੀਨ ਪਟੇਲ ਐਡੀਸ਼ਨਲ ਤੌਰ ਤੇ ਐਮਪੀਡੀ ਵੀ ਗਵਰਨਰ ਹੈ ਔਰ ਅਨੰਦੀਬੀਨ ਪਟੇਲ ਨਾਲ ਅਜਾ ਕੁਸ਼ਨ ਯਾਦ ਰੱਖਣਾ ਇਹਨੇ ਹਾਲੀ ਦੇ ਵਿੱਚ ਇੱਕ ਬੁੱਕ ਲੌਂਚ ਕੀਤੀ ਸੀ ਜਿਹਨਾਂ ਅਸੀਂ ਬਾਏ ਬਾਏ ਕੋਰੋਨਾ ਔਰ ਅਨੰਦੀਬੀਨ ਪਟੇਲ ਨੇ ਔਰਤਾਂ ਵਾਸਤੇ ਸੇਫ ਸਿਟੀ ਪ੍ਰੋਜੈਕਟ ਨੂੰ ਵੀ ਸ਼ੁਰੂ ਕੀਤਾ ਸੀਗਾ ਤਾਂ ਇਹ ਵੀ ਤੁਸੀਂ ਨਾਲ-ਨਾਲ ਧਿਆਨ ਵਿੱਚ ਰੱਖ ਸਕਦੇ ਹੋ ਜੀ ਗੱਲ ਜਿੱਥੇ ਵੀ ਜੂਪੀ ਦੀ ਆਉਂਦੀ ਹੈ ਤਾਂ ਜੂਪੀ ਨਾਲ ਕੁਝ ਰੀਸੈਂਟ ਦੀਆਂ ਇਪੋਰਟੈਂਟ ਨੇ ਕਰੰਟ ਅਫੇਅਰ ਨਿਊਜ਼ ਉਹ ਆਪਾਂ ਇੱਕ ਵਾਰੀ ਦੇਖ ਲੈਣੇ ਆ ਜੀ ਪਹਿਲੀ ਗੱਲ ਤਾਂ ਯਾਦ ਰੱਖਣਾ ਜੁਪੀ ਬਾਰੇ ਜੁਪੀ ਦੀ ਨਾ ਇੱਕ ਸੂਰ ਸਰੋਵਰ ਝੀਲ ਹੈ ਸੂਰ ਸਰੋਵਰ ਝੀਲ ਨੂੰ ਹੁਣ ਰਾਮਸਰ ਸਾਈਟ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈਗਾ ਔਰ ਇਸ ਤੋਂ ਇਲਾਵਾ ਜੁਪੀ ਨੇ ਕਿਸਾਨਾਂ ਵਾਸਤੇ ਕਿਸਾਨ ਕਲਿਆਣ ਯੋਜਨਾ ਸ਼ੁਰੂ ਕੀਤੀ ਸੀ ਮੈਦਾਨੀ ਇਲਾਕਿਆਂ ਵਿੱਚ ਗੱਲ ਕਰੀਏ ਤਾਂ ਮੱਛੀ ਪਾਲਣ ਵਿੱਚ ਟੌਪ ਤੇ ਹੈਗਾਗਾ ਜੁਪੀ ਔਰ ਇਸ ਤੋਂ ਇਲਾਵਾ ਨੇ ਆਪਣੀ ਸੈਂਟਰ ਦੀ ਸਕੀਮ ਸੀ ਪੀਐਮ ਸਵਾਨੀਦੀ ਯੋਜਨਾ ਜਿਹਦੇ ਵਿੱਚ ਲੋਕਾਂ ਨੂੰ ਲੋਨ ਦਿੱਤਾ ਜਾਂਦਾ ਸਭ ਤੋਂ ਵੱਧ ਲੋਨ ਦਿੱਤਾ ਸੀ ਜੁਪੀ ਨੇ ਤਾਂ ਕਰ ਕਿਸੇ ਸਕੀਮ ਦੇ ਵਿੱਚ ਵੀ ਟੌਪ ਤੇ ਰਿਹਾ ਸੀ ਜੁਪੀ ਜੁਪੀ ਨੇ ਦੁਬਾਰਾ ਹੀ ਸਟੂਡੈਂਟਾਂ ਵਾਸਤੇ ਜੂ ਰਾਈਸ ਨਾਮ ਦਾ ਇੱਕ ਪੋਰਟਲ ਲਾਂਚ ਕੀਤਾ ਸੀ ਤਾਂ ਕਿ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਦੇ ਸਕਣ ਔਰ ਜੁਪੀ ਨੇ ਔਰਤਾਂ ਵਾਸਤੇ ਆਪਰੇਸ਼ਨ ਦੁਰਾਚਾਰੀ ਲਾਂਚ ਕੀਤਾ ਸੀਗਾ ਔਰ ਇਸ ਤੋਂ ਇਲਾਵਾ ਯਾਦ ਰੱਖਣਾ ਇੰਪੋਰਟੈਂਟ ਨਿਊਜ਼ ਹੈ ਜੁਪੀ ਦੇ ਵਿੱਚ ਆਪਣੇ ਦੇਸ਼ ਦੀ ਸਭ ਤੋਂ ਵੱਡੀ ਫਿਲਮ ਫਿਲਮ ਸਿਟੀ ਬਣਾਈ ਜਾ ਰਹੀ ਹੈ ਜਿਹੜੀ ਕਿ ਜੁਪੀ ਦੇ ਗੌਤਮ ਬੁੱਧ ਨਗਰ ਦੇ ਵਿੱਚ ਬਣਾਈ ਜਾਵੇਗੀ ਔਰ ਇਸ ਤੋਂ ਇਲਾਵਾ ਜੁਪੀ ਨੇ ਨਵੀਨ ਰੋਜ਼ਗਾਰ ਛਤਰੀ ਯੋਜਨਾ ਨੂੰ ਸ਼ੁਰੂ ਕੀਤਾ ਸੀ ਔਰ ਜੁਪੀ ਨੇ ਹੀ ਕਰੋਨਾ ਕਾਲ ਦੇ ਵਿੱਚ ਹੱਥ ਦੋਨਾਂ ਰੋਕੇ ਕਰੋਨਾ ਅਭਿਆਨ ਵੀ ਸ਼ੁਰੂ ਕੀਤਾ ਸੀ ਔਰ ਕਰੋਨਾ ਕਾਲ ਦੇ ਵਿੱਚ ਵਰਚੁਅਲ ਕੋਰਟਾਂ ਦੇ ਨਾਲ ਸੁਣਵਾਈ ਜਿਹੜੀ ਕੀਤੀ ਸੀ ਸਭ ਤੋਂ ਪਹਿਲੀ ਉਹ ਜੁਪੀ ਵੱਲੋਂ ਕੀਤੀ ਗਈ ਸੀ ਜਾਨਕੀ ਵਰਚੂਲੀ ਕੋਰਟ ਲੱਗੀ ਸੀਗੀ ਆਨਲਾਈਨ ਜਿਹਨੂੰ ਕਹਿ ਸਕਦਾ ਕੇਸ ਦੀ ਸੁਣਵਾਈ ਹੋਈ ਸੀ ਸਭ ਤੋਂ ਪਹਿਲਾ ਹੋਈ ਸੀਗੀ ਉਹ ਜੁਪੀ ਸਟੇਟ ਵਿੱਚ ਔਰ ਰੀਸੈਂਟ ਵਿੱਚ ਜੋ ਜੁਪੀ ਦੇ ਟੈਰਾਗੋਟਾ ਨੂੰ ਕੀ ਹੈ ਜੀਆਈ ਟੈਗ ਵੀ ਮਿਲੇਗਾ ਇਹ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਔਰ ਇਸ ਤੋਂ ਇਲਾਵਾ ਜੁਪੀ ਦੇ ਵਿੱਚ ਬਾਲ ਸ਼ਰਮਿਕ ਵਿਦਿਆ ਜੁੜੇ ਨੂੰ ਵੀ ਸ਼ੁਰੂ ਕੀਤਾ ਗਿਆ ਸੀਗਾ ਤਾਂ ਕਿ ਜਿਹੜੇ ਬੱਚੇ ਛੋਟੇ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਗਿਆ ਸਿੱਖਿਆ ਦਿੱਤੀ ਜਾ ਸਕੇ ਤਾਂ ਇੰਨੀਆਂ ਸਾਰੀਆਂ ਨਿਊਜ਼ ਨੇ ਕੁਝ ਇੰਪੋਰਟੈਂਟ ਜੁਪੀ ਰੀਆਂ ਸਾਰੀਆਂ ਧਿਆਨ ਵਿੱਚ ਰੱਖਣੀਆਂ ਠੀਕ ਹੈ ਜੀ ਗੱਲ ਕਰਦੇ ਆ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ ਸੋ ਦੋਸਤੋ ਅਗਲੇ ਕੁਐਸਚਨ ਨੂੰ ਪਹਿਲਾਂ ਇੱਕ ਵਾਰੀ ਕਲਾਸ ਨੂੰ ਹੁਣੇ ਲਾਈਕ ਕਰ ਦਿਓ ਠੀਕ ਹੈ ਹੁਣੇ ਕਰ ਦਿਓ ਬਾਅਦ ਵਿੱਚ ਫਿਰ ਤੁਸੀਂ ਭੁੱਲ ਜਾਓਗੇ ਮੈਨੂੰ ਪਤਾ ਹੈ ਔਰ ਕਲਾਸ ਨੂੰ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਠੀਕ ਹੈ ਚਾਹੇ ਆਪਣੇ ਇੱਕ ਫਰੈਂਡ ਤੱਕ ਸ਼ੇਅਰ ਕਰੋ ਸ਼ੇਅਰ ਜ਼ਰੂਰ ਕਰੋ ਪਰ ਕਲਾਸ ਨੂੰ ਸੋ ਹੁਣ ਗੱਲ ਕਰਦੇ ਆਪਾਂ ਅਗਲੇ ਕੁਐਸਚਨ ਬਾਰੇ ਕਹਿੰਦੇ ਹੂ ਹੈਜ਼ ਬੀਨ ਅਵਾਰਡਡ ਦੀ ਐਸਓ ਚੈਮ ਐਂਟਰਪ੍ਰਾਈਜ਼ ਆਫ ਦੀ ਸੈਂਚਰੀ ਐਂਟਰਪ੍ਰਾਈਜ਼ ਆਫ ਸੈਂਚਰੀ ਵਾਰਡ ਦਿੱਤਾ ਗਿਆ ਤੇ ਕਿਸ ਨੂੰ ਦਿੱਤਾਗਾ ਤਾਂ ਇਹ ਮਿਲਿਆ ਜੀ ਹੁਣ ਰਤਨ ਟਾਟਾ ਨੂੰ ਰਤਨ ਟਾਟਾ ਦਾ ਨਾਮ ਸੁਣੇ ਬਹੁਤ ਵੀ ਸੁਣਿਆ ਹੋਣਾ ਟਾਟਾ ਸੰਸਰੀ ਚੇਅਰਮੈਨ ਹੈਗੇ ਨੇਗੇ ਸੋ ਹੁਣ ਕੀ ਹੈ ਇਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇਹ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ ਜਾਨੀ ਕਿ ਕੁਛ ਨਾ ਕਰ ਦਿੱਤੀ ਵੀ ਭਈ ਸਾਨੂੰ ਮਿਲਿਆ ਵਾ ਠੀਕ ਹੈ ਸੋ ਇਹ ਸੁਣਨਾ ਇਹਨਾਂ ਨਾਮ ਧਿਆਨ ਰੱਖਣਾ ਅਵਾਰਡ ਦਾ ਨਾਮ ਐਸਓ ਚੈਂਪ ਅੰਟਰਪ੍ਰਾਈਜ਼ਸ ਆਫ ਦਿਸ ਸੈਂਚਰੀ ਅਵਾਰਡ ਹੈਗਾਗਾ ਰਤਨ ਟਾਟਾ ਨੂੰ ਹੀ ਮਿਲੇਗਾ ਮਿਲਿਆ ਕਿਉਂਆ ਕਿਉਂਕਿ ਦੇਸ਼ ਦੇ ਵਿਕਾਸ ਦੇ ਵਿੱਚ ਪਾਈ ਯੋਗਦਾਨ ਕਰਕੇ ਇਹਨਾਂ ਨੂੰ ਇਹੜਾ ਅਵਾਰਡ ਇਹ ਦਿੱਤਾ ਗਿਆ ਸੀਗਾ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਆਂਗੇ ਹੂ ਹੈਜ਼ ਅਨਾਉਂਸਡ ਟੂ ਲਾਂਚ ਇਟਸ ਗੋ ਗ੍ਰੀਨ ਇਨੀਸ਼ੀਏਟਿਵ ਕਿਸ ਨੇ ਆਪਣਾ ਗੋ ਗ੍ਰੀਨ ਪਹਿਲ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾਗਾ ਤਾਂ ਤਾਂ ਧਿਆਨ ਵਿੱਚ ਰੱਖਣਾ ਜਿਹੜੀ ਇਹ ਗੋ ਗ੍ਰੀਨ ਆਦੀ ਪਹਿਲ ਆ ਇਹ ਟਾਟਾ ਮੋਟਰ ਦੇ ਦੁਆਰਾ ਹੀ ਸ਼ੁਰੂ ਕੀਤੀ ਗਈ ਹੈ ਟਾਟਾ ਮੋਟਰ ਦੇ ਦੁਆਰਾ ਕਿਹਾ ਗਿਆਗਾ ਜਦੋਂ ਕੋਈ ਵੀ ਗ੍ਰਾਹਕ ਇਹਨਾਂ ਤੋਂ ਕੋਈ ਵੀ ਮਤਲਬ ਮਸ਼ੀਨਰੀ ਜਾਂ ਵਹੀਕਲ ਕੇ ਪਰਚੇਜ਼ ਕਰੇਗਾ ਜਾਂ ਫਿਰ ਕੋਈ ਰਿਪੇਅਰ ਕਰਾਏਗਾ ਤਾਂ ਉਹਨੂੰ ਉਹਦੇ ਨਾਂ ਤੇ ਹਰ ਇੱਕ ਗ੍ਰਾਹਕ ਦੇ ਨਾਂ ਤੇ ਇਹ ਇੱਕ ਇੱਕ ਬੂਟਾ ਲਗਾ ਦੇਣਗੇ ਤਿਕ ਆਪਣੇ ਗਾਹਕ ਦੀ ਯਾਦ ਵਿੱਚ ਔਰ ਇਸ ਤੋਂ ਇਲਾਵਾ ਗਾਹਕ ਨੂੰ ਉਹਦਾ ਇੱਕ ਸਰਟੀਫਿਕੇਟ ਵੀ ਪ੍ਰਦਾਨ ਕਰਨਗੇ ਤਾਂ ਬੇਸਿਕਲੀ ਸਾਰਾ ਇਹ ਕੀਤਾ ਕਿਉਂ ਜਾ ਰਿਹਾ ਹਰੀਆਲੀ ਨੂੰ ਵਧਾਉਣ ਵਾਸਤੇ ਜਿਹੜੀ ਇਹ ਕਦਮ ਇਹੜੇ ਚੁੱਕੇ ਗਏ ਨੇਗੇ ਸੋ ਇਸ ਪਹਿਲ ਦਾ ਇਹਨਾਂ ਨੇ ਨਾਮ ਰੱਖਿਆਗਾ ਗੋ ਗ੍ਰੀਨ ਪਹਿਲ ਠੀਕ ਹੈ ਨਾ ਤਾਂ ਤੁਸੀਂ ਧਿਆਨ ਦੇਖਣਾ ਇਸ ਨੂੰ ਸ਼ੁਰੂ ਕੀਤਾ ਜੀ ਟਾਟਾ ਮੋਟਰਸ ਦੇ ਦੁਆਰਾ ਗੱਲ ਕਰਦੇ ਅਗਲੇ ਕੁਐਸਚਨ ਬਾਰੇ who was appointed as director general in addition to ITBP dekho ji kis nu hun ITBP de vich additional taur te jada director general niyukt kita gaya ga ta eh pehli var hoya bhi jada ITBP de vich eh post banayi gi a aur is vich director general jide ki additional taur te honge dhyan rakhna additional taur te asli director general nahi hage ta jide additional taur te director general honge oh honge manoj singh raavat eh pehli ਅਗਰ ਆਪਾਂ ਕਲ ਕਰ ਸਕਦੇ ਹਾਂ ਵੀ ਪਹਿਲੇ ਐਡੀਸ਼ਨਲ ਡਾਇਰੈਕਟਰ ਜਨਰਲ ਹੈਗੇ ਨੇ ਆਈਟੀਬੀਪੀ ਦੇ ਔਰ ਅਗਰ ਆਪਾਂ ਸਿੱਧਾ ਗੱਲ ਕਰੀਏ ਵੀ ਪੁੱਛ ਲਿਆ ਜਾਵੇ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਕੌਣ ਨੇਗੇ ਤਾਂ ਉਹਨਾਂ ਨਾਂਗ ਸੱਸ ਦੇਸ਼ਵਾਲ ਸਾਹਿਬ ਠੀਕ ਹੈ ਨਾ ਜੇ ਪੁੱਛ ਲੈਣ ਐਡੀਸ਼ਨਲ ਤੌਰ ਤੇ ਕਿਹੜੇ ਬਣੇ ਨੇ ਤਾਂ ਮਨੂਜ ਸਿੰਘ ਰਾਪਤ ਬਣੇ ਨੇਗੇ ਬਾਕੀ ਆਈਟੀਬੀਪੀ ਦੀ ਗੱਲ ਕਰੀਏ ਪੁਰਾਣਾ ਨਾਂ ਤਾਂ ਇਹਦਾ ਹੁੰਦਾਗਾ ਇੰਡੋ ਤਿੱਬੇਟ ਬਾਰਡਰ ਪੁਲਸ ਇਹਦਾ ਪੁਰਾਣਾ ਨਾਂ ਜੀ ਔਰ ਇਹਦਾ ਦਫ਼ਤਰ ਮੌਜੂਦ ਹੈਗਾ ਨਵੀਂ ਦਿੱਲੀ ਦੇ ਵਿੱਚ ਔਰ ਇਹ ਡਾਇਰੈਕਟਰ ਜਨਰਲ ਨੇ ਐਸਐਸ ਦੇਸ਼ਵਾਲ ਸਾਹਿਬ ਮਨੋਜ ਸਿੰਘ ਰਾਬਤ ਸਾਹਿਬ ਦਾ ਧਿਆਨ ਵਿੱਚ ਰੱਖਣਾ ਗੱਲ ਕਰਦੇ ਆ ਅਗਲੇ ਕੁਐਸਚਨ ਬਾਰੇ ਹੁਣ ਆਪਾਂ ਹੂ ਵਿਲ ਹੋਸਟ ਆਈਸੀਸੀ वूਮੈਨਸ ਵਰਲਡ ਕੱਪ 2022 ICC ਮਹਿਲਾ ਵਿਸ਼ਵ ਕਪ 2022 ਦੀ ਮੇਜ਼ਬਾਨੀ ਹੁਣ ਕੌਣ ਕਰੇਗਾ ਤਾਂ ਸੋਨੇ ਧਿਆਨ ਵਿੱਚ ਰੱਖਣਾ ਜੀ ICC ਵਿਮਨ ਵਰਲਡ ਕਪ 2022 ਦੀ ਜਿਹੜੀ ਮੇਜ਼ਬਾਨੀ ਕਰੇਗਾ ਨਿਊਜ਼ੀਲੈਂਡ ਕੰਟਰੀ ਕਰੇਗਾ ਠੀਕ ਹੈ ਨਾ ਨਿਊਜ਼ੀਲੈਂਡ ਕਿਉਂਕਿ ਜਿਹੜਾ ਅਗਰ ਆਪਾਂ ਇਸ ਵਰਲਡ ਕਪ ਦੀ ਗੱਲ ਕਰੀਏ ਤਾਂ ਪਹਿਲੇ 2021 ਵਿੱਚ ਹੋਣਾ ਸੀ ਪਰ 2021 ਤਾਂ ਤੇ ਇਹ ਹੁਣ ਵਰਲਡ ਕਪ 2022 ਚ ਹੋਏਗਾ ਸੋ 2022 ਦੇ ਵਿੱਚ ਨਿਊਜ਼ੀਲੈਂਡ ਕੰਟਰੀ ਇਹਦੀ ਕੀ ਮੇਜ਼ਬਾਨੀ ਕਰਨ ਵਾਲਾਗਾ ਅੱਛਾ ਗੱਲ ਜਦੋਂ ਵੀ ਨਿਊਜ਼ੀਲੈਂਡ ਦੀ ਕਰਦੇ ਆ ਸੋਨੇ ਇੱਕ ਚੀਜ਼ ਹਮੇਸ਼ਾ ਯਾਦ ਰਹਿਣੀ ਚਾਹੀਦੀ ਆ ਵੀ ਨਿਊਜ਼ੀਲ ਤੋ ਟੌਪ ਦੇ ਸੀਗਾ ਨਿਊਜ਼ੀਲੈਂਡ ਕੰਟਰੀ ਔਰ ਆਪਣਾ ਭਾਰਤ ਸੀਗਾ 111ਵੇਂ ਨੰਬਰ ਤੇ ਬੇਸਿਕਲੀ ਉਹਦੇ ਵਿੱਚ ਬਾਕੀ ਨਿਊਜ਼ੀਲੈਂਡ ਦੀ ਕੈਪੀਟਲ ਹੈਗੀ ਹੈ ਬਲਿੰਗਟਨ ਔਰ ਕਰੰਸੀ ਜਲਦੀ ਇਥੇ ਡਾਲਰ ਔਰ ਇਥੋਂ ਦੇ ਪ੍ਰਧਾਨ ਮੰਤਰੀ ਇਹਨਾਂਗਾ ਜੇ ਸਿੰਡਾ ਅਡਨ ਇਥੋਂ ਦੇ ਕੌਣ ਨੇਗੇ ਪ੍ਰਧਾਨ ਮੰਤਰੀ ਉਹਨਾਂ ਦਾ ਨਾਮ ਵੀ ਧਿਆਨ ਵਿੱਚ ਰੱਖਣਾ ਗੱਲ ਕਰਦੇ ਆ ਅਗਲੇ ਕੁਐਸਚਨ ਬਾਰੇ ਹੁਣ ਆਪਾਂ ਵਿਚ ਕੰਟਰੀਜ਼ ਬੈਨਡ ਫਰੋਮ ਯੂジング ਇਟਸ ਫਲੈਗ ਐਂਡ ਨੇਮ ਇਨ ਦੀ ਨੈਕਸਟ 2 올ਿਮਪਿਕਸ ਕਿਹੜੇ ਦੇਸ਼ ਨੇ ਅਗਲੇ ਦੋ 올ਿਮਪਿਕ ਦੇ ਵਿੱਚ ਆਪਣੇ ਝੰਡੇ ਅਤੇ ਨਾਮ ਦੀ ਵਰਤੋਂ ਤੇ ਪਾਬੰਦੀ ਲਗਾਈ ਆ ਗਈ। ਦੇਖੋ ਜੀ ਗੱਲ ਕੀ ਹੋਈ ਨਾ ਜਿਹੜੀ ਇੱਕ ਏਜੰਸੀ ਆਪਣੀ ਬਾਡਾ ਠੀਕ ਹੈ ਨਾ ਬਾਡਾ ਬਾਰੇ ਸਾਨੂੰ ਪਤਾ ਹੈ ਕਿ ਵਰਲਡ ਐਂਟੀ ਡੋਪਿੰਗ ਏਜੰਸੀ। ਵਰਲਡ ਐਂਟੀ ਡੋਪਿੰਗ ਏਜੰਸੀ ਨੇ ਦੁਬਾਰਾ ਕਿਹਾ ਗਿਆ ਵੀ ਜਿਹੜਾ ਕੰਟਰੀ ਰਸ਼ੀਆ ਦਾ ਬੇਸਿਕਲੀ ਸੀ ਆਪਸ਼ਨ ਰਾਈਟ ਅਨਸਰ ਹੈ ਰਸ਼ੀਆ। ਰਸ਼ੀਆ ਦੇ ਲੋਕੀਏ ਰਸ਼ੀਆ ਦੇ ਕੁਝ ਅਧਿਕਾਰੀਆਂ ਨੇ ਕਿਹਾ ਡਾਟਾਬੇਸ ਦੇ ਵਿੱਚ ਕੁਝ ਛੇੜਛਾੜ ਕੀਤੀ ਹੈਗੀ ਇਹਨਾਂ ਦੇ ਤਾਂ ਕਰਕੇ ਬਾਡਾ ਦੇ ਦੁਆਰਾ ਰਸ਼ੀਆ ਉਤੇ ਅਗਲੇ 4 ਸਾਲ ਦੇ 4 올림픽 ਵਾਸਤੇ ਗਿਆ ਬੈਨ ਲਗਾਇਆ ਗਿਆ ਸੀ ਬੀਸਿਕਲੀ ਪਰ ਰਸ਼ੀਆ ਦੀ ਕੁਝ ਸਪੋਰਟਸ ਅਥਾਰਟੀ ਦੇ ਕਹਿਣ ਦੇ ਉਤੇ ਜਿਹੜਾ ਇਹ 4 올림픽 ਦਾ ਬੈਨ ਕਟਾ ਕੇ ਗਿਆ 2 올림픽 ਦਾ ਕਰ ਦਿੱਤਾਗਾ ਅਗਲੇ ਜਿਹੜੇ 2 올림픽 ਹੋਣਗੇ ਹੁਣ ਉਹਦੇ ਵਿੱਚ ਨਾ ਤਾਂ ਰਸ਼ੀਆ ਆਪਣਾ ਫਲੈਗ ਯੂਜ਼ ਕਰ ਸਕਦਾਗਾ ਔਰ ਨਾ ਹੀ ਆਪਣਾ ਕੋਈ ਵੀ ਨਾਮ ਜਿਹੜਾ ਯੂਜ਼ ਕਰ ਸਕਦਾਗਾ ਠੀਕ ਹੈ ਨਾ ਤਾਂ ਇਹ ਬੈਨ ਹੁਣ ਲੱਗਿਆ ਜੀ ਰਸ਼ੀਆ ਕੰਟਰੀ ਤੇ ਤਾਂ ਸੁਣੇ ਧਿਆਨ ਵਿੱਚ ਜਰੂਰ ਰੱਖਣਾ ਇੱਕ ਪੋਰਟਨ ਕੁਐਸਚਨ ਹੈਗਾ ਗੱਲਬਾਤ ਹੁਣ ਰਸ਼ੀਆ ਬਾਰੇ ਕਰਦੇ ਆ ਰਸ਼ੀਆ ਦੀ ਕੈਪੀਟਲ ਹੈਗੀ ਮਾਸਕੋ ਯਾਦ ਰੱਖਣਾ ਰਸ਼ੀਆ ਵਿੱਚ ਕਰ ਔਰ ਰਸ਼ੀਆਨੀ ਪ੍ਰਾਇਨਦਨ ਆਏਗਾ ਜੀ ਬਲਾਦੀਮੀਰ ਪੁਤਿਨ ਸਾਹਿਬ ਠੀਕ ਹੈ ਨਾ ਸੋ ਤੁਹਾਨੂੰ ਨੇ ਧਿਆਨ ਵਿੱਚ ਰੱਖਣਾ ਅੱਛਾ ਰਸ਼ੀਆ ਬਾਰੇ ਇੱਕ ਗੱਲ ਹੋਰ ਵੀ ਯਾਦ ਰੱਖਣਾ ਜੇਕਰ ਅਬਰ ਅਗਰ ਆਪਾਂ ਗੱਲ ਕਰੀਏ ਦੁਨੀਆ ਦਾ ਪਹਿਲਾ ਤੈਰਦਾ ਹੋਇਆ ਨਿਊਕਲ ਪਾਵਰ ਪਲਾਂਟ ਲਗਾਇਆ ਸੀ ਉਹ ਰਸ਼ੀਆ ਨੇ ਲਗਾਇਆ ਸੀ ਜਿਹੜਾ ਨਾਂ ਸੀਗਾ ਅਕਾਡੈਮਿਕ ਲੂਮੋਨੋਸਿਸ ਠੀਕ ਹੈ ਨਾ ਦੁਨੀਆ ਦਾ ਪਹਿਲਾ ਤੈਰਦਾ ਹੋਇਆ ਨਿਊਕਲੀਅਰ ਪਾਵਰ ਪ੍ਰਾਂਤ ਸੀਗਾ ਇਹ ਔਰ ਹਾਲੀ ਦੇ ਵਿੱਚ ਰਸ਼ੀਆ ਨੇ ਦੁਬਾਰਾ ਅੰਗਾਰਾ A5 ਰਾਕਟ ਨੂੰ ਵੀ ਲਾਂਚ ਕੀਤਾ ਗਿਆ ਸੀ ਵੈਸੇ ਰਸ਼ੀਆ ਨਾਲ ਜਦੋਂ ਗੱਲ ਕਰਦੇ ਆ ਨਾ ਤਾਂ ਰਸ਼ੀਆ ਨਾਲ ਇੱਕ ਆਪਣੀ ਐਕਸਰਸਾਈਜ਼ ਵੀ ਚੱਲਦੀ ਹੈਗੀ ਤਾਂ ਉਸ ਐਕਸਰਸਾਈਜ਼ ਦਾ ਨਾਮ ਹੈ ਇੰਦਰ ਠੀਕ ਹੈ ਨਾ ਔਰ ਇੰਦਰ ਐਕਸਰਸਾਈਜ਼ ਯਾਦ ਰੱਖਣਾ ਇੰਡੀਆ ਤੇ ਰਸ਼ੀਆ ਵਿਚਕਾਰ ਇਹ ਹਰ ਸਾਲ ਹੁੰਦੀ ਹੈਗੀ ਗੱਲ ਕਰਦੇ ਆ ਨੈਕਸਟ ਕੁਐਸਚਨ ਬਾਰੇ ਅੱਜ ਦੇ ਵਾਟ ਇਜ਼ ਦੀ ਥੀਮ ਆਫ ਇੰਡੀਆ ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ 2020 ਕਹਿੰਦੇ ਜੀ ਇੰਡੀਆ ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ 2020 ਦਾ ਵਿਸ਼ਾ ਕੀ ਹੈਗਾ ਦੇਖੋ ਪਹਿਲੀ ਗੱਲ ਤਾਂ ਯਾਦ ਰੱਖਣਾ ਜਿਹੜੇ ਫੈਸਟੀਵਲ ਹਨਾ ਇੰਡੀਆ ਇੰਟਰਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਇਹਦੀ ਸ਼ੁਰੂਆਤ ਅੱਜ ਤੋਂ ਹੋਈ ਆ 22 ਦਸੰਬਰ ਤੋਂ ਇਹ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਜਿਹੜਾ ਫੈਸਟੀਵਲ ਚੱਲਣ ਵਾਲਾ ਹੈਗਾ ਔਰ ਇਹ ਇਦਾਂ ਕੋਈ ਫੈਸਟੀਵਲ ਨਹੀਂ ਹੋਣਾ ਇਹ ਆਨਲਾਈਨ ਹੋਏਗਾ ਫੈਸਟੀਵਲ ਠੀਕ ਹੈ ਨਾ ਸੋ ਇਸੇ ਤਰੀਕੇ ਨਾਲ ਵਰਚੁਅਲ ਪਲੇਟਫਾਰਮ ਤੇ ਹੋਣ ਵਾਲਾ ਇਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਫੈਸਟੀਵਲ ਵੀ ਇਹ ਹੋਵੇਗਾ ਠੀਕ ਹੈ ਨਾ ਸੋ ਆਪਣਾ ਇਹਦਾ ਥੀਮ ਦੱਸਣਾ ਬੇਸਿਕਲੀ ਥੀਮ ਇਹ ਰਹੇਗਾ ਆਪਸ਼ਨ ਨੰਬਰ A ਦੇ ਵਿੱਚ ਦੇਖ ਸਕਦੇ ਹਾਂ ਸਾਇੰਸ ਫॉर ਸੈਲਫ ਰੀਲੈਂਟ ਇੰਡੀਆ ਐਂਡ ਗਲੋਬਲ ਵੈਲਫੇਅਰ ਇਹਦਾ ਥੀਮ ਹੈਗਾ ਪੰਜਾਬੀ ਵਿੱਚ ਆਪਾਂ ਇਹਨੂੰ ਕਹਿ ਸਕਦੇ ਹਾਂ ਸਵੈ ਨਿਰਪਰ ਭਾਰਤ ਅਤੇ ਗਲੋਬਲ ਭਲਾਈ ਅੰ ਵਿੱਚ ਜਰੂਰ ਰੱਖਣਾ ਜੀ ਸੋ ਗੱਲਬਾਤ ਕਰਦੇ ਆ ਜਿਹੜੇ ਸਟੇਟ ਆਫ ਦੀ ਡੇ ਬਾਰੇ ਸਟੇਟ ਆਫ ਦੀ ਡੇ ਆਪਣਾ ਰਹਿਣ ਵਾਲਾ ਜੀ ਅੱਜ ਦਾ ਮਹਾਰਾਸ਼ਟਰ ਆ ਮਹਾਰਾਸ਼ਟਰ ਬਾਰੇ ਗੱਲ ਕਰਦੇ ਆ ਮੈਪ ਦੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਜੀ ਮਹਾਰਾਸ਼ਟਰ ਸਟੇਟ ਦੀ ਮਹਾਰਾਸ਼ਟਰ ਦੇ ਉੱਪਰ ਸੀਮਾ ਲੱਗਦੀ ਹੈ ਗੁਜਰਾਤ ਨਾਲ ਜੀ ਠੀਕ ਹੈ ਨਾ ਗੁਜਰਾਤ ਨਾਲ ਕੀ ਆਪਣੀ ਸੀਮਾ ਸਾਂਝੀ ਕਰਦਾ ਉੱਪਰ ਤੁਸੀਂ ਦੇਖ ਸਕਦੇ ਹੋ ਇੱਧਰ ਹੈ ਜੀ ਮੱਧ ਪ੍ਰਦੇਸ਼ ਇੱਧਰ ਛੱਤੀਸਗੜ੍ਹ ਇੱਧਰ ਹੈ ਜੀ ਤਲੰਗਾਨਾ ਔਰ نیچے ਕਰਨਾਟਕ ਦੇ ਨਾਲ ਇੱਥੇ ਛੋਟਾ ਜਿਹਾ ਰਾਜ ਆ ਜਾਏਗਾ ਗਾ ਗੋਆ ਇਨੇ ਸਟੇਟਾਂ ਨਾਲ ਕੀ ਸੀਮਾ ਸਾਂਝੀ ਮਹਾਰਾਸ਼ਟਰ ਬਾਰੇ ਗੱਲ ਕਰੀਏ ਸਥਾਪਨਾ ਦੀ 1 ਮਈ 1960 ਨੂੰ ਹੋਈ ਸੀ ਉਦੋਂ ਮਹਾਰਾਸ਼ਟਰ ਦੇ ਵੀ ਕਿਹਾ ਜਾਂਦਾ ਹੈ 1 ਮਈ ਨੂੰ ਠੀਕ ਹੈ ਨਾ ਔਰ ਇਹਦੀ ਰਾਜਧਾਨੀ ਹੈਗੇ ਜੀ ਮੁੰਬਈ ਔਰ ਟੋਟਲ ਜ਼ਿਲ੍ਹੇ ਹੈਗੇ ਨੇ ਜੀ 36 ਮੁੱਖ ਮੰਤਰੀ ਗੱਲ ਕਰੀਏ ਉਦਵਠਾਕਰੇ ਸਾਹਿਬ ਨੇ ਜੀ ਔਰ ਉਪ ਮੁੱਖ ਮੰਤਰੀ ਜਿਹੜਾ ਅਜੀਤ ਪਵਾਰ ਸਾਹਿਬ ਨੇਗੇ ਗਵਰਨਰ ਦੀ ਗੱਲ ਕਰੀਏ ਭਗਤ ਸਿੰਘ ਕੋਸ਼ਿਆਰੀ ਇੱਥੋਂ ਦੇ ਜੀ ਗਵਰਨਰ ਨੇ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸੈਂਬਲੀ ਨੇ ਸੀਟਾਂ ਹੈਗੀਆਂ 288 ਔਰ ਕੌਂਸਲ ਦੀਆਂ ਇੱਥੇ ਹਾਈਡ ਨੇਗੀਆਂ 78 ਸੀਟਾਂ ਕੀ ਨੇ ਕੌਂਸਲ ਦੀਆਂ ਧਿਆਨ ਵਿੱਚ ਔਰ ਰਾਜ ਸਭਾ ਸੀਟਾਂ ਦੀ ਗੱਲ ਕਰੀਏ 19 ਨੇ ਜੀ ਲੋਕ ਸਭਾ ਸੀਟਾਂ ਨੇ 48 ਔਰ ਖੇਤਰਵਲ ਦੇ ਬੱਖੋਂ ਦੇਖੀਦਾ ਤੀਜੇ ਨੰਬਰ ਦਾ ਰਾਜ ਹੈ ਜੀ ਔਰ ਜਨਸੰਖਿਆ ਬੱਖੋਂ ਹੈਗਾ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਜੁਪੀ ਚੱਲਦਾ ਗਾ ਗੱਲ ਕਰੀਏ ਆਫੀਸ਼ੀਅਲ ਲੈਂਗੁਏਜ ਦੀ ਜੀ ਮਰਾਠੀ ਇੱਥੋਂ ਦੀ ਆਫੀਸ਼ੀਅਲ ਲੈਂਗੁਏਜ ਹੈ ਰਾਜਗੀਤ ਪੋਟਣ ਬਣੇਗਾ ਰਾਜਗੀਤ ਇਹਨਾਂ ਨੂੰ ਲਿਖਣਾ ਜੈ ਜੈ ਮਹਾਰਾਸ਼ਟਰ ਮਾਜਾ ਜੈ ਜੈ ਮਹਾਰਾਸ਼ਟਰ ਮਾਜਾ ਇੱਥੋਂ ਲੱਗਿਆ ਰਾਜਗੀਤ ਇਹਨਾਂ ਦਾ ਰਾਜ ਪਸ਼ੂ ਦੀ ਗੱਲ ਕਰੀਏ ਤਾਂ ਵੱਡੀ ਕਾਟੋ ਦੇਖੋ ਕਾਟੋ ਨਹੀਂ ਹੁੰਦੀ ਗੈਲਰੀ ਕਹਿ ਦਿੰਦੇ ਆਪਾਂ ਠੀਕ ਹੈ ਨਾ ਜਿਹੜੀ ਇੱਕ ਵੱਡੀ ਗੈਲਰੀ ਹੁੰਦੀ ਹੈਗੀ ਤਾਂ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਇਹ ਇਨਰ ਹੈਗੀ ਰਾਜ ਪਸ਼ੂ ਹੈਗਾ ਰਾਜ ਪੰਛੀ ਦੀ ਗੱਲ ਕਰੀਏ ਤਾਂ ਹਰੀਆਲ ਹਰੀਆਲ ਨੂੰ ਬੇਸਿਕਲੀ ਆਪਾਂ ਜੈਲੋ ਫੂਟਡ ਗ੍ਰੀਨ ਪੀਜਨ ਵੀ ਕਹਿ ਸਕਦੇ ਇੱਕ ਤਰ੍ਹਾਂ ਦਾ ਕਬੂਤਰੀ ਆ ਇਹ ਇਹਨੂੰ ਹਰੀਆਲ ਕਹਿ ਦਿੰਦੇ ਨੇਗੇ ਔਰ ਇਸ ਤੋਂ ਬਾਅਦ ਗੱਲ ਕਰੀਏ ਰਾਜ ਰੁੱਖ ਦੀ ਅੰਬ ਦਾ ਦਰਖਤ ਹੈ ਜੀ ਰਾਜ ਜ਼ਰੂਰ ਹੈਗਾ ਔਰ ਰਾਜ ਫਾਲਦੀ ਗੱਲ ਕਰੀਏ ਤਾਂ ਉਹ ਵੀ ਅੰਬ ਇੱਥੋਂ ਦਾ ਹੈਗਾਗਾ ਠੀਕ ਹੈ ਨਾ ਤਾਂ ਇਹ ਸਾਰੀ ਕੁਝ ਬੇਸਿਕ ਜਿਹੇ ਫੈਕਟ ਨੇ ਜਿਹੜੇ ਤੁਸੀਂ ਮਹਾਰਾਸ਼ਟਰ ਦੇ ਨਾਲ ਧਿਆਨ ਵਿੱਚ ਰੱਖ ਸਕਦੇ ਹੋਗੇ ਸੋ ਹੁਣ ਗੱਲ ਕਰਦੇ ਆ ਜੀ ਆਪਣੇ ਅਭਿਆਸ ਕੁਐਸਚਨ ਬਾਰੇ ਆਪਣਾ ਜਿਹੜਾ ਜਿਹੜਾ ਅਭਿਆਸ ਕੁਐਸਚਨ ਹੈਗਾ ਡੇਲੀ ਵਾਂਗ ਇਹਦਾ ਰਾਈਟ ਆਨਸਰ ਵੀ ਤੁਸੀਂ ਕਮੈਂਟ ਬਾਕ ਦੇ ਚ ਜ਼ਰੂਰ ਦੱਸਣਾਗਾ ਠੀਕ ਹੈ ਕੱਲ ਮੈਂ ਦੇਖਿਆ ਸੀ ਬਹੁਤ ਵਧੀਆ ਤਰੀਕੇ ਨਾਲ ਸੋਨੇ ਡਿਟੇਲ ਦੇ ਵਿੱਚ ਲਿਖਿਆ ਸੀ ਸੋ ਇਸੇ ਤਰੀਕੇ ਨਾਲ ਬਹੁਤ ਵਧੀਆ ਐਫਰਟ ਕਰ ਰਹੇ ਹੋਗੇ ਠੀਕ ਹੈ ਨਾ ਇਸੇ ਤਰੀਕੇ ਨਾਲ ਇਸਦਾ ਵੀ ਰਾਈਟ ਆਨਸਰ ਲਿਖਣਾਗਾ ਜਿੰਨਾ ਡਿਟੇਲ ਵਿੱਚ ਹੋ ਸਕੇ ਤਾਂ ਤੁਸੀਂ ਲਿਖ ਸਕਦੇ ਹੋਗੇ ਕੁਐਸਚਨ ਤੁਹਾਡੇ ਵਾਸਤੇ ਹੈਗਾ ਜੀ ਬੇਅਰ ਵਿਲ ਇੰਡੀਆਜ਼ ਫਰਸਟ ਮੈਗਾ ਲੈਦਰ ਇੰਡਸਟਰੀ ਪਾਰਕ ਵੀ ਸੈਟਅਪ ਕਿੱਥੇ ਭਾਰਤ ਦਾ ਪਹਿਲਾ ਮੈਗਾ ਚਮੜਾ ਉਦਯੋਗ ਜਿਹੜਾ ਪਾਰਕ ਸਥਾਪਿਤ ਕੀਤਾ ਜਾਏਗਾ ਕਾਨਪੁਰ ਚ ਲੁਧਿਆਣੇ ਵਿਖੇ ਲਖਨਊ ਚ ਜਾਂ ਫਿਰ ਇੰਦੋਰ ਦੇ ਵਿੱਚ ਕਿੱਥੇ ਸਥਾਪਿਤ ਕੀਤਾ ਜਾਏਗਾ ਤਾਂ ਕਮੈਂਟ ਬਾਓ ਤੁਸੀਂ ਦੱਸਣਾਗਾ ਠੀਕ ਹੈ ਸੋ ਗਾਇਸ ਇਹ ਸੀ ਆਪਣੀਆਂ ਅੱਜ ਦੀਆਂ ਸਾਰੀਆਂ ਕਰੰਟ ਅਫੇਅਰ ਨਿਊਜ਼ ਜਾਨਕੀ 22 ਦਸੰਬਰ ਦੀਆਂ ਸੋ ਆਈ ਹੋਪ ਗਾਇਸ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਲਾਸ ਅਗਰ ਵਧੀਆ ਲੱਗੀ ਹੈ ਤਾਂ ਹੁਣ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਸੋ ਓਕੇ ਜੀ ਧੰਨਵਾਦ ਟੇਕ ਕੇਅਰ